ਇਸ ਮਾਡਲ ਦੁਆਰਾ ਮੈਂ ਅੱਜ ਅਲੱਗ ਅਲੱਗ ਲੈਂਡਫਾਰਮਸ ਬਾਰੇ ਦੱਸਣ ਜਾ ਰਹੀ ਹਾਂ। ਇਸ ਵਿੱਚ ਸਭ ਤੋਂ ਪਹਿਲਾਂ ਹੈ ਸਮਤਲ। ਇਹ ਪੱਧਰੀ ਜ਼ਮੀਨ ਵਾਲਾ ਵਿਸ਼ਾਲ ਖੇਤਰ ਹੁੰਦਾ ਹੈ ਅਤੇ ਜ਼ਮੀਨ ਦਾ 1/3 ਹਿੱਸਾ ਸਮਤਲ ਹੈ। ਮਾਰੂਥਲ, ਵਿਸ਼ਾਲ ਰਤੀਲਾ ਭੂਮੀ ਖੰਡ ਜਿੱਥੇ ਪਾਣੀ ਅਤੇ ਪੌਦੇ ਲਗਭਗ ਨਹੀਂ ਹੁੰਦੇ। ਪਹਾੜ, ਚਟਾਨੀ ਖੇਤਰ ਜੋ ਆਪਣੇ ਆਸ ਪਾਸ ਦੇ ਖੇਤਰਾਂ ਤੋਂ ਬਹੁਤ ਉੱਚਾ ਹੁੰਦਾ ਹੈ। ਦਰਿਆ, ਵਗਦੇ ਪਾਣੀ ਦਾ ਇੱਕ ਵੱਡਾ ਸੋਮਾ ਜੋ ਸਮੁੰਦਰ ਵਿੱਚ ਜਾ ਮਿਲਦਾ ਹੈ। ਸਮੁੰਦਰ, ਨਮਕੀਨ ਪਾਣੀ ਦਾ ਇੱਕ ਵੱਡਾ ਸਰੋਤ ਜਿਸ ਨੇ ਧਰਤੀ ਦਾ 70% ਹਿੱਸਾ ਘੇਰਿਆ ਹੋਇਆ ਹੈ। ਟਾਪੂ, ਧਰਤੀ ਦਾ ਇੱਕ ਟੁਕੜਾ ਜੋ ਚਾਰੇ ਪਾਸੇ ਤੋਂ ਪਾਣੀ ਨਾਲ ਘਿਰਿਆ ਹੁੰਦਾ ਹੈ। ਪਠਾਰ, ਉੱਚੀ ਸਮਤਲ ਜਗ੍ਹਾ ਜੋ ਆਸ ਪਾਸ ਦੀ ਜਗ੍ਹਾ ਨਾਲੋਂ ਉੱਚੀ ਹੁੰਦੀ ਹੈ।